ਤੇ ਵਾਈਟ ਹਾਊਸ ਨੇ ਆਖਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਅੰਗਰੇਜ਼ੀ ਅਖਬਾਰ ਨਿਊਯਾਰਕ ਟਾਈਮਜ਼ ਵਿੱਚ ਭੜਕਾਊ ਲੇਖ ਲਿਖਣ ਵਾਲੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਦੀ ਪਛਾਣ ਲਈ ਲਾਈ ਡਿਟੈਕਟਰ ਭਾਵ ਝੂਠ ਫੜਨ ਵਾਲੀ ਮਸ਼ੀਨ ਪ੍ਰੀਖਣ ਦਾ ਇਸਤੇਮਾਲ ਕਰਨ ਤੇ ਅਜੇ ਵਿਚਾਰ ਨਹੀਂ ਕਰ ਰਹੇ। ਇੱਕ ਅਣਪਛਾਤੇ ਅਧਿਕਾਰੀ ਨੇ ਅਪ ਐਡ ਵਿੱਚ ਰਾਸ਼ਟਰਪਤੀ ਤੇ ਲੇਖ ਲਿਖਿਆ ਸੀ ਤੇ ਟਰੰਪ ਦਾ ਅਨਿਯਮਤ ਅਤੇ ਅਨੈਤਿਕ ਵਿਵਹਾਰ ਅਮਰੀਕਾ ਲਈ ਹਾਨੀਕਾਰਕ ਹੈ। ਉਸ ਅਣਪਛਾਤੇ ਅਧਿਕਾਰੀ ਦੀ ਪਛਾਣ ਟਰੰਪ ਪ੍ਰਸ਼ਾਸਨ ਵਿੱਚ ਇੱਕ ਉੱਚ ਅਧਿਕਾਰੀ ਦੇ ਤੌਰ ਤੇ ਕੀਤੀ ਗਈ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਰਾਸ਼ਟਰਪਤੀ ਲੇਖ ਲਿਖਣ ਵਾਲੇ ਦਾ ਪਤਾ ਲਗਾਉਣ ਲਈ ਵਰਤਮਾਨ ਵਿੱਚ ਲਾਈ ਡਿਟੈਕਟਰ ਦਾ ਇਸਤੇਮਾਲ ਕਰਨ ਤੇ ਵਿਚਾਰ ਨਹੀਂ ਕਰ ਰਹੇ ਨੇ। No lie detectors are being used or talked about or looked at as a possibility. Frankly, the White House and the staff here are focused on doing our jobs and trying to show up here every day and do what we can to help better the American people, not deal with cowards that refuse to put their names in an anonymous letter. He tweeted something on Friday after George Papadopoulos was sentenced. He said 14 days for $28 million. $2 million a day, no collusion. What was he talking about, the $28 million? I'd have to go back and check and look at that. I didn't see that. Sorry.